ਸਰਵਿਸ ਮੀਨਸ ਕਿ ਜਿਹੜੀ ਸਰਵਿਸ ਹੈ ਉਹ ਕਿੰਨੇ ਟਾਈਮ ਲਈ ਪ੍ਰੋਵਾਈਡ ਕੀਤੀ ਜਾਊਗੀ, ਜਿਵੇਂ 30 ਮਿੰਟਸ ਅ ਸੈਸ਼ਨ ਪੂਰੇ ਸਾਲ ਦਾ, ਜਿਹੜਾ ਸੈਸ਼ਨ April 1st to 31st March ਐਕਸਕਲੂਡਿੰਗ ਦਾ ਹੋਲੀਡੇਜ਼, ਉਹਨਾਂ ਦਿਨਾਂ ਵਿੱਚ 30 ਮਿੰਟਸ ਦਾ ਸੈਸ਼ਨ ਹੈ ਬੱਚੇ ਦਾ, ਉਹ ਪਲੈਨ ਕੀਤਾ ਗਿਆ. ਆਲ ਸ਼ੁੱਡ ਬੀ ਇਨਕਲੂਡਿਡ ਇਨ ਯੂਰ ਆਈ ਈ ਪੀ. ਐਂਡ ਨਾਓ ਫੈਕਟਰਸ ਇਨਵੋਲਵ ਫੋਰ ਓਬਜੈਕਟ ਇਫੈਕਟਿਵ ਆਈ ਈ ਪੀ. ਜੇ ਕੋਈ ਅੱਛੀ ਆਈ ਈ ਪੀ ਬਣਾਉਣੀ ਹੈ ਜਿਹਦੇ ਰਿਜ਼ਲਟ ਬਹੁਤ ਅੱਛੇ ਹੋਣ, ਇੰਡੀਵਿਜੁਅਲੀ ਬੱਚੇ ਦੀ ਯੂਨੀਕ ਨੀਡਸ ਨੂੰ ਧਿਆਨ ਵਿੱਚ ਰੱਖਦੇ ਹੋਣਗੇ, ਤਾਂ ਉਹਦੇ ਲਈ ਕੁਛ ਫੈਕਟਰਸ ਨੇ ਜਿਹੜੇ ਕਿ ਪਹਿਲਾਂ ਹੀ ਪਤਾ ਹੋਣੇ ਚਾਹੀਦੇ ਨੇ. ਦੋਜ਼ ਆਰ ਵੈਰੀ ਇਫੈਕਟਿਵ. ਜਿਵੇਂ ਸਭ ਤੋਂ ਪਹਿਲਾਂ ਹੈ ਆਈ ਈ ਪੀ ਮੀਟਿੰਗ. ਮੀਟਿੰਗ ਮੀਨਸ ਕਿ ਆਈ ਈ ਪੀ ਪਲਾਨ ਬਣਾਉਣ ਤੋਂ ਪਹਿਲਾਂ ਇੱਕ ਮੀਟਿੰਗ ਹੁੰਦੀ ਹੈ ਪੇਰੈਂਟਸ ਦੀ, ਟੀਚਰਸ ਐਂਡ ਜਿਹੜੇ ਐਜੂਕੇਸ਼ਨ ਪਰਸੋਨਲ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਸੀਗੀ. ਸੋ ਮਤਲਬ ਇੰਨਾ ਕੁ ਟਾਈਮ ਜ਼ਰੂਰ ਹੋਊਗਾ ਕਿ ਪੇਰੈਂਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਆਪਣੇ ਬੱਚੇ ਬਾਰੇ ਕੀ ਕੁਛ ਜਾਣਦੇ ਹਾਂ, ਕੀ ਕੁਛ ਅਸੀਂ ਡਿਸਕਸ ਕਰਨਾ, ਉਹ ਸੋਚ ਸਕਣ. ਸੋ ਜਦੋਂ ਮੀਟਿੰਗ ਹੋਊਗੀ, ਪ੍ਰਾਇਰ ਦਾ ਮੀਟਿੰਗ ਦੇ ਸ਼ੁੱਡ ਨੋ ਕੁਛ ਚੀਜ਼ਾਂ ਉਹਨਾਂ ਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ. ਵਟ ਇਜ਼ ਯੂਅਰ ਵਿਜ਼ਨ ਅਬਾਊਟ ਯੂਅਰ ਚਾਈਲਡ, ਮਤਲਬ ਆਪਣੇ ਬੱਚੇ ਬਾਰੇ ਜਿਹੜਾ ਵਿਜ਼ਨ ਕੀ ਹੈ, ਤੁਸੀਂ ਕੀ ਸੋਚਦੇ ਹੋ ਕਿ ਬੱਚਾ ਸਾਡਾ ਕਿੱਥੇ ਤੱਕ ਚਲਾ ਜਾਵੇ, ਕਿ ਉਹ ਐਜੂਕੇਸ਼ਨ 'ਚ ਪ੍ਰਾਪਤ ਕਰ ਲਏ ਅਤੇ ਕੀ ਫੰਕਸ਼ਨਲੀ ਉਹ ਪ੍ਰਾਪਤ ਕਰ ਲਏ. ਵਟ ਇਜ਼ ਦ ਸਟਰੈਂਥ ਆਫ ਦ ਚਾਈਲਡ, ਮਤਲਬ ਬੱਚੇ ਦੇ ਜਿਹੜੇ ਸਟਰੈਂਥ ਨੇ, ਇੰਟਰਸਟ ਹੈ, ਉਹਦੀਆਂ ਨੀਡਸ ਨੇ, ਉਹ ਕੀ ਹੈ, ਉਹ ਜ਼ਰੂਰ ਪਤਾ ਹੋਣਾ ਚਾਹੀਦਾ. ਇਟ ਸ਼ੁੱਡ ਬੀ ਰਿਕਾਰਡਡ ਵਿਦ ਯੂ. ਐਂਡ ਵਟ ਇਜ਼ ਯੂਅਰ ਮੇਜਰ ਕੰਸਰਨ ਅਬਾਊਟ ਯੂਅਰ ਐਜੂਕੇਸ਼ਨ. ਜਿਹੜੀ ਐਜੂਕੇਸ਼ਨ ਤੁਸੀਂ ਦੇਣੀ ਚਾਹੁੰਦੇ ਹਾਂ ਉਹਦੇ ਵਿੱਚ ਕੀ ਕੰਸਰਨ ਹੈ, ਬੱਚੇ ਨੂੰ ਇੰਗਲਿਸ਼ ਘੱਟ ਸਮਝ ਆ ਰਹੀ ਹੈ ਜਾਂ ਉਹਨੂੰ ਹਿੰਦੀ ਘੱਟ ਸਮਝ ਆਉਂਦੀ ਹੈ ਜਾਂ ਮੈਥਮੈਟਿਕਸ 'ਚ ਪ੍ਰੋਬਲਮ ਆਉਂਦੀ ਹੈ, ਮੀਨਸ ਕਿ ਵਟ ਇਜ਼ ਦ ਕੰਸਰਨ. ਇਹ ਨਹੀਂ ਹੋ ਸਕਦਾ ਕਿ ਬੱਚੇ ਨੂੰ ਕੁਛ ਨਹੀਂ ਆਉਂਦਾ ਜਾਂ ਬੱਚਾ ਸਿੱਖ ਨਹੀਂ ਰਿਹਾ, ਪਰ ਤੁਹਾਡੇ ਕੋਲ ਪਰਟੀਕੁਲਰ ਸਪੈਸੀਫਿਕ ਹੋਣੇ ਚਾਹੀਦੇ ਹੋ ਕਿ ਉਹਨੂੰ ਕਿਸ ਮੇਜਰ ਕੰਸਰਨਸ ਉਹਦੇ ਕੀ ਹੈਗੇ ਨੇਗੇ, ਵਟ ਹੈਜ਼ ਵਰਕਡ ਐਂਡ ਵਟ ਹੈਜ਼ ਨੋਟ ਵਰਕਡ ਫੋਰ, ਮਤਲਬ ਕਿਹੜੀਆਂ ਚੀਜ਼ਾਂ, ਕਿਹੜੀ ਟੈਕਨੀਕ, ਕਿਹੜਾ ਮੈਥਡ ਤੁਹਾਡੇ ਬੱਚੇ 'ਤੇ ਕੰਮ ਕਰ ਰਿਹਾ ਸੀ ਜਦੋਂ ਤੁਸੀਂ ਕੰਮ ਕਰਾ ਰਹੇ ਸੀ, ਅਤੇ ਕਿਹੜੇ ਨਾਲ ਉਹਨੂੰ ਬਿਲਕੁਲ ਫਾਇਦਾ ਨਹੀਂ ਹੋ ਰਿਹਾ ਸੀ. ਇਟ ਸ਼ੁੱਡ ਹੈਵ ਅ ਰਿਕਾਰਡ ਵਿਦ ਯੂ ਪ੍ਰਾਇਰ ਦਾ ਮੀਟਿੰਗ. ਡਜ਼ ਦ ਅਵੈਲਿਊਏਸ਼ਨ ਫਿੱਟ ਵਿਦ ਵਟ ਯੂ ਨੋ ਅਬਾਊਟ ਯੂਅਰ ਚਾਈਲਡ, ਮਤਲਬ ਜਿਹੜੀ ਅਵੈਲਿਊਏਸ਼ਨ ਕਰਨ ਜਾ ਰਹੇ ਹਾਂ ਉਹ ਫਿੱਟ ਹੋਊਗੀ ਉਸ ਤਰੀਕੇ ਨਾਲ ਤੁਹਾਡਾ ਬੱਚਾ ਉਹ ਸਿੱਖ ਪਾਊਗਾ ਜਾਂ ਨਹੀਂ ਸਿੱਖ ਪਾਊਗਾ. ਇਹ ਵੀ ਜ਼ਰੂਰ ਜਿਹੜਾ ਹੈ ਮੀਟਿੰਗ ਤੋਂ ਪਹਿਲਾਂ ਸਾਨੂੰ ਸਾਰੀਆਂ ਚੀਜ਼ਾਂ ਪੇਰੈਂਟਸ ਨੂੰ, ਬੀਂਗ ਅ ਟੀਚਰ, ਬੀਂਗ ਅ ਪੇਰੈਂਟ, ਪਤਾ ਹੋਣੀਆਂ ਚਾਹੀਦੀਆਂ. ਨੈਕਸਟ ਫੈਕਟਰ ਹੈ ਜੋ ਆਈ ਈ ਪੀ ਨੂੰ ਇਫੈਕਟਿਵ ਬਣਾਉਣ ਵਾਲਾ ਹੈ, ਦੈਟ ਇਜ਼ ਅ ਕੰਟੈਂਟ. ਮਤਲਬ ਜਿਹੜਾ ਆਈ ਈ ਪੀ ਬਣਾਉਣੀ ਹੈ ਉਹਦੇ ਵਿੱਚ ਕਿਹੜੇ ਕਿਹੜੇ ਕੰਟੈਂਟ ਕੀ ਹੋਊਗਾ, ਕੀ ਕੁਛ ਇਨਕਲੂਡ ਕੀਤਾ ਜਾਊਗਾ, ਮੀਨਸ ਕਿ ਉਹ ਕੰਟੈਂਟ ਆਫ ਦਾ ਆਈ ਈ ਪੀ ਜਿਹਦੇ ਵਿੱਚ ਇਹ ਹੈ ਕਿ ਬੱਚੇ ਨੂੰ ਕੀ ਸਿਖਾਉਣਾ ਹੈ, ਮਤਲਬ ਬੱਚੇ ਦਾ ਅਕੈਡਮਿਕ ਗੋਲਸ ਕੀ ਨੇ, ਉਹਦੇ ਫੰਕਸ਼ਨਲ ਗੋਲਸ ਕੀ ਨੇ, ਉਹਦੀਆਂ ਲੈਜ਼ਰ ਐਕਟੀਵਿਟੀਜ਼ ਕੀ ਨੇ, ਇੰਡੀਪੈਂਡੈਂਟ ਸਕਿੱਲ 'ਚ ਅਸੀਂ ਉਹਨੂੰ ਕੀ ਸਿਖਾਉਣਾ, ਕਰਾਫਟ ਵਰਕ 'ਚ ਅਸੀਂ ਉਹਨੂੰ ਕੀ ਸਿਖਾਉਣਾ. ਜਿਵੇਂ ਫੰਕਸ਼ਨਲ ਸਕਿੱਲਸ ਦੇ ਵਿੱਚ ਉਹਨੂੰ ਡਰੈਸਿੰਗ, ਗਰੂਮਿੰਗ, ਕ੍ਰੋਸ ਕਰਨਾ ਸਟਰੀਟ, ਇਹ ਐਂਡ ਆਕੂਪੇਸ਼ਨਲ ਥੈਰੇਪੀ, ਸਪੀਚ ਥੈਰੇਪੀ, ਫਿਜ਼ੀਓਥੈਰੇਪੀ 'ਚ ਅਸੀਂ ਕੀ ਕੁਛ ਸਿਖਾਉਣਾ. ਸੋ ਦੈਟ ਇਜ਼ ਦਾ ਕੰਟੈਂਟ, ਮਤਲਬ ਇਹ ਅਸੀਂ ਦੇਖਾਂਗੇ. ਸੋ ਕੰਟੈਂਟ ਦੇ ਵਿੱਚ ਜਿਹੜਾ ਹੈ, ਕਹਿੰਦੇ ਬਹੁਤ ਸਾਰੀਆਂ ਚੀਜ਼ਾਂ ਇਨਕਲੂਡ ਹੋਣੀਆਂ ਚਾਹੀਦੀਆਂ ਨੇ ਬੱਚੇ ਦੀ ਜਿਹੜਾ ਹੁਣ ਦੀ ਪ੍ਰੈਜੈਂਟ ਸਟੇਟ ਆਫ ਐਜੂਕੇਸ਼ਨ ਪਰਫੋਰਮੈਂਸ, ਉਹ ਕਿੰਨਾ ਕੁ ਕਰ ਪਾਉਂਦਾ, ਉਹਦਾ ਜਿਹੜਾ ਐਜੂਕੇਸ਼ਨ ਦਾ ਲੈਵਲ ਆਲਰੇਡੀ ਕੀ ਹੈ. ਐਂਡ ਨੈਕਸਟ ਹੈ ਉਹ ਸਟੇਟਮੈਂਟ ਜਿਹੜੀ ਉਹ ਅਗਲੇ 12 ਮਹੀਨਿਆਂ ਦੇ ਵਿੱਚ ਬੱਚਾ ਅਚੀਵ ਕਰੂਗਾ ਉਹਦੇ ਬਾਰੇ ਦੱਸਿਆ ਜਾਊਗਾ. ਫਿਰ ਉਸ ਤੋਂ ਬਾਅਦ ਡਿਸਕ੍ਰਿਪਸ਼ਨ ਆਫ ਆਲ ਦ ਸਪੈਸੀਫਿਕ ਸਪੈਸ਼ਲ ਐਜੂਕੇਸ਼ਨ ਰਿਲੇਟਡ ਸਰਵਿਸਿਸ, ਜਿਵੇਂ ਓ ਟੀ ਹੈ, ਆਕੂਪੇਸ਼ਨਲ ਥੈਰੇਪੀ, ਸਪੀਚ ਥੈਰੇਪੀ, ਫਿਜ਼ੀਓਥੈਰੇਪੀ, ਉਹ ਸਾਰਾ ਕੰਟੈਂਟ ਇਸ ਦੇ ਵਿੱਚ ਸ਼ਾਮਿਲ ਹੋਊਗਾ. ਦੈਨ ਐਜੂਕੇਸ਼ਨ ਤੋਂ ਬਿਨਾਂ ਫਿਰ ਰਿਲੇਟਡ ਸਰਵਿਸਿਸ ਨੇ, ਬਹੁਤ ਸਾਰੀਆਂ ਜਿਹੜੀਆਂ ਰਿਲੇਟਡ ਸਰਵਿਸਿਸ ਨੇ, ਕਿਉਂਕਿ ਇਕੱਲੀ ਜਿਹੜਾ ਅਕੈਡਮਿਕ ਐਜੂਕੇਸ਼ਨ ਨਾਲ ਹੀ ਨਹੀਂ ਆਈ ਈ ਪੀ ਕੰਪਲੀਟ ਹੋ ਪਾਊਗੀ. ਇਹਦੇ ਵਿੱਚ ਰਿਲੇਟਡ ਬਹੁਤ ਸਾਰੀਆਂ ਸਰਵਿਸਿਸ ਨੇ ਜਿਹੜੀਆਂ ਕਿ ਇਨਕਲੂਡ ਕੀਤੀਆਂ ਜਾਂਦੀਆਂ ਨੇਗੀਆਂ. ਜਿਵੇਂ ਅਸੀਂ ਮਤਲਬ ਬੱਚੇ ਨੂੰ ਬਹੁਤ ਸਾਰੀਆਂ ਉਹ ਰਿਲੇਟਡ ਸਰਵਿਸਿਸ ਦੀ ਲੋੜ ਹੈ, ਐਂਡ ਉਹ ਕਿਹੜੀਆਂ ਕਿਹੜੀਆਂ ਸਰਵਿਸਿਸ ਹੋਣਗੀਆਂ ਬੱਚੇ ਦੀ ਨੀਡ ਦੇ ਅਕੋਰਡਿੰਗ, ਐਂਡ ਉਹ ਫ੍ਰੀਕੁਐਂਸੀ ਕਿੰਨੀ ਹੋਊ, ਮਤਲਬ ਉਹਨੂੰ ਕਿੰਨੀ ਟਾਈਮ ਦਿੱਤੀ ਜਾਊਗੀ ਐਂਡ ਕਿੰਨੇ ਵਾਰੀ ਦਿੱਤੀ ਜਾਊਗੀ, ਉਹ ਸਭ ਕੁਝ ਮੈਂਸ਼ਨ ਹੋਊਗਾ. ਜਿਵੇਂ ਬਹੁਤ ਸਾਰੀਆਂ ਦੀਜ਼ ਆਰ ਇਨਕਲੂਡਡ, ਮਤਲਬ ਆਡੀਓਲੋਜੀ ਹੈ, ਕੌਂਸਲਿੰਗ ਸਰਵਿਸਿਸ ਨੇ, ਦੈਨ ਅਰਲੀ ਆਈਡੈਂਟੀਫਿਕੇਸ਼ਨ ਐਂਡ ਅਸੈਸਮੈਂਟ ਆਫ ਡਿਸਬਿਲਿਟੀਜ਼ ਇਨ ਚਿਲਡਰਨ ਹੈ, ਮੈਡੀਕਲ ਸਰਵਿਸਿਸ ਨੇ, ਆਕੂਪੇਸ਼ਨਲ ਥੈਰੇਪੀ ਹੈ, ਪੇਰੈਂਟ ਕੌਂਸਲਿੰਗ ਐਂਡ ਟ੍ਰੇਨਿੰਗ ਹੈ, ਫਿਜ਼ੀਕਲ ਥੈਰੇਪੀ ਹੈ, ਸਾਈਕੋਲੋਜੀਕਲ ਸਰਵਿਸਿਸ ਨੇ, ਸੋਸ਼ਲ ਵਰਕ ਸਰਵਿਸਿਸ ਨੇ, ਸਪੀਚ ਪੈਥੋਲੋਜਿਸਟ ਹੈ, ਪੈਥੋਲੋਜੀ ਹੈ, ਰੀਹੈਬਲੀਟੇਸ਼ਨ ਕੌਂਸਲਿੰਗ ਹੈ. ਸੋ ਦੀਜ਼ ਆਰ ਦਾ ਸਰਵਿਸਿਸ ਜਿਹੜੀਆਂ ਕਿ ਮਤਲਬ ਆਲਰੇਡੀ ਪਤਾ ਹੋਣਗੀਆਂ ਕਿ ਬੱਚੇ ਨੂੰ ਕੀ ਕੁਛ ਅਸੀਂ ਜਿਹੜਾ ਹੈ ਉਹ ਦੇਣਾ ਹੋਊਗਾ.
ਦੈਨ ਨੈਕਸਟ ਫੈਕਟਰ ਹੈ ਜਿਹੜਾ ਆਈ ਈ ਪੀ ਨੂੰ ਕਾਮਯਾਬ ਬਣਾਉਣ ਵਾਲਾ ਹੈ ਉਹ ਹੈ ਟੀਚਰ ਔਰ ਸਟਾਫ ਦੀਆਂ ਰਿਕੁਆਇਰਮੈਂਟਸ ਮੀਨਸ ਕਿ ਜਦੋਂ ਗੋਲਸ ਐਂਡ ਓਬਜੈਕਟਿਵ ਜਿਹੜੇ ਬਣਾਏ ਜਾਂਦੇ ਨੇਗੇ ਤਾਂ ਉਹ ਚਾਈਲਡ ਸੈਂਟਰ ਨੇ ਐਂਡ ਚਾਈਲਡ ਸੈਂਟਰ ਜਦੋਂ ਬਣਾਇਆ ਜਾਂਦਾ ਫਿਰ ਉਹਦੇ ਵਿੱਚ ਇਹ ਵੀ ਹੈ ਕਿ ਉਹ ਚਾਈਲਡ ਸੈਂਟਰ ਜਿਹੜਾ ਜੋ ਵੀ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਪਰ ਉਹਦੇ ਲਈ ਸਟਾਫ ਦੀ ਜਿਹੜੀ ਟ੍ਰੇਨਿੰਗ ਹੈ ਐਂਡ ਵਟ ਅਬਾਊਟ ਦ ਸਟਾਫ ਮੈਂਬਰਸ ਉਹਦੇ ਬਾਰੇ ਵੀ ਪਲਾਨ ਕੀਤਾ ਜਾਊਗਾ ਕਿ ਫੁੱਲ ਟਾਈਮ ਕੋਈ ਸਪੈਸ਼ਲ ਐਜੂਕੇਟਰ ਦੀ ਲੋੜ ਹੈ ਜਾਂ ਕੋਈ 2 to 4 hours ਦੀ ਜਿਹੜੀ ਹੈ ਟ੍ਰੇਨਿੰਗ ਦੇ ਕੇ ਟੀਚਰ ਨੂੰ ਸਿਖਾ ਕੇ ਉਹ ਮਤਲਬ ਇੰਕਲੂਡ ਕੀਤਾ ਜਾ ਸਕਦਾ ਹੈ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹ ਹੋਊਗੀ ਉਹ ਵੀ ਸਟਾਫ ਦੀ ਟ੍ਰੇਨਿੰਗ ਹੈ ਜਿਹੜੀ ਉਹ ਵੀ ਇੰਕਲੂਡ ਹੈ ਜਿਹੜੀ ਉਹ ਕੀਤੀ ਜਾਊ ਸੋ ਇਹ ਕੁਛ ਫੈਕਟਰ ਸੀ ਜਿਹਦੇ ਨਾਲ ਜਿਹੜੀ ਹੈ ਇੰਡੀਵਿਜੁਅਲ ਆਈ ਈ ਪੀ ਇੰਡੀਵਿਜੁਅਲਾਈਜ਼ ਐਜੂਕੇਸ਼ਨ ਪਲਾਨ ਹੈ ਜਿਹੜਾ ਉਹ ਬਣਾਇਆ ਜਾ ਸਕਦਾ ਐਂਡ ਵੀ ਨੋ ਦ ਓਬਜੈਕਟਿਵਸ ਕਿਉਂਕਿ ਓਬਜੈਕਟਿਵਸ ਲੌਂਗ ਟਰਮ ਦਾ ਗੋਲ ਅਚੀਵ ਕਰਨ ਲਈ ਸਾਨੂੰ ਛੋਟੇ ਛੋਟੇ ਓਬਜੈਕਟਿਵਸ ਬਣਾ ਕੇ ਹੀ ਅਸੀਂ ਜਿਹੜੀ ਹੈ ਬੱਚੇ ਦੀ ਜਿਹੜਾ ਹੈ ਇੰਡੀਪੈਂਡੈਂਸ ਵੱਲ ਉਸਨੂੰ ਲੈ ਕੇ ਜਾ ਸਕਦੇ ਹਾਂ ਸੋ ਇਹ ਸੀ ਕਿ ਇੰਡੀਵਿਜੁਅਲਾਈਜ਼ ਐਜੂਕੇਸ਼ਨ ਪਲਾਨ ਜਾਂ ਪ੍ਰੋਗਰਾਮ ਜਿਹੜਾ ਹੈ ਉਹ ਕੀ ਹੁੰਦਾ ਹੈ